ਪਹਿਲੀ ਮਹਿਲਾ ਵਿੱਤ ਮੰਤਰੀ ਨੇ ਜੋ ਬਜਟ ਪੇਸ਼ ਕੀਤਾ ਉਹ ਬਹੁਤ ਵਧੀਆ ਬਜਟ ਹੈ, ਜਿਹੜਾ ਆਮ ਜਨਤਾ ਲਈ ਹੈ, ਗਰੀਬ ਜਨਤਾ ਲਈ ਹੈ, ਮਹਿਲਾਵਾਂ ਲਈ ਹੈ, ਟ੍ਰੇਡਰਸ ਲਈ ਹੈ। ਦੇਖੋ ਇਸ ਸਕੀਮ ਵਿੱਚ ਮੁਦਰਾ ਸਕੀਮ ਥੱਲੇ 1 ਲੱਖ ਦਾ ਲੋਨ ਹਰ ਇਸਤਰੀ ਲੈ ਸਕਦੀ ਹੈ। ਇਹ ਆਪਣੇ ਆਪ 'ਚ ਬਹੁਤ ਵੱਡੀ, ਜਿਹੜੀਆਂ ਕਰੋੜਾਂ ਲੋਕ ਇਸ ਦੀਆਂ 'ਚ ਲੋਨ ਲੈ ਸਕਦੀਆਂ। ਔਰ ਦੂਸਰਾ ਜਿਹੜਾ 1,95,00,000 ਘਰ ਬਣਾ ਕੇ ਦੇਣੇ ਆ, ਇਹ ਬਹੁਤ ਵੱਡੀ ਆਪਣੇ ਆਪ 'ਚ ਬਹੁਤ ਵੱਡੀ ਵੱਡੀ ਸਕੀਮ ਹੈ। ਔਰ ਸੇਫ ਡਰਿੰਕਿੰਗ ਵਾਟਰ ਇੱਕ ਸਾਰੇ ਲੋਕਾਂ ਨੂੰ ਲੈ ਕੇ ਕਰਕੇ ਦੇਣਾ। ਔਰ ਇਹਦੇ ਨਾਲ ਹੀ ਸਵੱਛ ਭਾਰਤ ਥੱਲੇ ਜਿਹੜਾ ਹੈ ਉਹ ਸਕੀਮ ਸ਼ੁਰੂ ਕੀਤੀ ਹੈ, ਉਹਦੇ ਵਿੱਚ ਸੋਲਿਡ ਜਿਹੜਾ ਵੇਸਟ ਮੈਨੇਜਮੈਂਟ ਕਰਨ ਲਈ ਉਹ ਵੀ ਬਹੁਤ ਵਧੀਆ ਸਕੀਮ ਜਿਹੜੀ ਇਹਨਾਂ ਨੇ ਸ਼ੁਰੂ ਕੀਤੀ। ਸਾਰੇ ਪਿੰਡਾਂ ਵਿੱਚ ਇਹ ਸਕੀਮ ਸ਼ੁਰੂ ਹੋਣੀ ਹੈ। ਔਰ ਇਹਦੇ ਨਾਲ ਹੀ ਜਿਹੜਾ ਅਫੋਰਡੇਬਲ ਹਾਊਸਿਸ ਹੈ ਉਹਦੇ ਵਿੱਚ ਵੀ ਇਹਨਾਂ ਨੇ ਕਿਹਾ ਜਿਹੜਾ ਇੰਟਰਸਟ ਦੇ ਵਿੱਚ 1.5 ਲੱਖ ਰੁਪਏ ਦੀ ਇਨਕਮ ਛੋਟ ਮਿਲੇਗੀ। ਔਰ ਦੇਖੋ ਪਿੰਡਾਂ 'ਚ ਜਿਹੜੀਆਂ ਸੜਕਾਂ ਨੇ ਉਹ ਪ੍ਰਧਾਨ ਮੰਤਰੀ ਸੜਕ ਯੋਜਨਾ ਵਿੱਚ 1,25,000 ਕਿਲੋਮੀਟਰ ਸੜਕਾਂ ਉਹ 5 ਸਾਲਾਂ 'ਚ ਬਣਾਉਣੀਆਂ ਔਰ 80,250 ਕਰੋੜ ਰੁਪਏ 'ਤੇ ਖਰਚ ਕਰਨ ਦੀ ਰੱਖਿਆ। ਬਹੁਤ ਵਧੀਆ ਸਕੀਮਾਂ, ਵੱਡੀਆਂ ਵੱਡੀਆਂ ਸਕੀਮਾਂ, ਚਾਹੇ ਪੈਨਸ਼ਨ ਸਕੀਮ 1.5 ਲੱਖ ਨੇ ਜਿਹੜੇ ਟ੍ਰੇਡਰਸ ਦੀ ਜਾਂਦੀ, 1.5 ਲੱਖ ਤੋਂ ਘੱਟ ਟਰਨਓਵਰ ਹੈ ਉਹਨਾਂ ਲਈ ਪੈਨਸ਼ਨ ਸਕੀਮ ਪਹਿਲੀ ਵਾਰੀ ਸ਼ੁਰੂ ਹੋਈ ਹੈ, ਤਾਂ ਕਿ ਹਰ ਵਰਗ ਨੂੰ ਟੱਚ ਕੀਤਾ, ਗਰੀਬ ਵਰਗ ਨੂੰ। ਇਸ ਕਰਕੇ ਇਹਦੀ ਜਿੰਨੀ ਪ੍ਰਸ਼ੰਸਾ ਕਰੀ ਹੈ ਥੋੜ੍ਹੀ ਹੈ। ਜੋ ਕਰਤਾਰਪੁਰ ਦਾ ਪਹਿਲਾਂ ਕੋਰੀਡੋਰ ਚੱਲ ਹੀ ਰਿਹਾ ਜੀ, ਉਹ ਬਣ ਰਿਹਾ, ਉਹਦੇ ਵਿੱਚ ਹੁਣ ਦੁਬਾਰਾ ਤੱਕ ਕਰਨ ਦੀ ਜ਼ਰੂਰਤ ਨਹੀਂ ਸੀ, ਉਹ ਵੀ ਕਰ ਲਿਆ। ਜਿਹੜਾ ਉੱਥੇ ਜੋ ਜੋ ਕੁਛ ਵੀ ਬਣਨਾ ਹੈ ਪਹਿਲਾਂ ਔਰ ਇਹਦੇ ਬਜਟ ਪਹਿਲੇ ਸਾਲਾਂ 'ਚ ਪੈਸੇ ਐਲੋਕੇਟ ਹੋਏ ਹੋਏ ਨੇ, ਉਹਦੇ ਜਿਹੜੇ ਪੈਸੇ ਅਰਬਨ ਡਿਵੈਲਪਮੈਂਟ ਮਿਨਿਸਟਰੀ ਨੇ ਪਹਿਲਾਂ ਕੀਤੇ ਹੋਏ ਨੇ। ਪੁਰੀ ਸਾਹਿਬ ਆਪ ਵੀ ਉੱਥੇ ਜਾ ਕੇ ਆਏ ਨੇ, ਅਤੇ ਉਹ ਤਾਂ ਐਵੇਂ ਹੁਣ ਡਰਾਮਾ ਕਰਦੇ ਨੇ, ਪੈਸੇ ਲੈਂਦੇ ਵੀ ਨੇ ਔਰ ਗੱਲਾਂ ਵੀ ਕਰਦੇ ਨੇ। ਉਹ ਪਹਿਲਾਂ ਆਲਰੇਡੀ ਸਾਰਾ ਕੁਛ ਹੋ ਚੁੱਕਾ ਹੈ, ਔਰ ਕੋਰੀਡੋਰ ਤਾਂ ਬਣ ਚੁੱਕਿਆ ਪੰਜਾਬ 'ਚ, ਪਾਕਿਸਤਾਨ ਨਾਲੋਂ ਵੀ ਜ਼ਿਆਦਾ ਤੇਜ਼ੀ ਨਾਲ ਪੰਜਾਬ 'ਚ ਕੰਮ ਚੱਲ ਰਿਹਾ ਜਿਹੜਾ ਬਣਾਉਣ ਦੇ ਕੋਲ। ਸੋ ਉਹ ਤਾਂ ਐਵੇਂ ਕਹਿਣ ਦੀ ਗੱਲ ਹੈ, ਉਹ ਜਿਹੜੀ ਕਾਂਗਰਸ ਨੂੰ ਆਦਤ ਹੈ ਵੀ ਕੋਈ ਨਾ ਕੋਈ ਨਿੰਦਿਆ ਕਰਦੀ, ਹੋਰ ਕੋਈ ਗੱਲ ਨਹੀਂ, ਨਿੰਦਿਆ ਕਰਦੇ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।